ਆਜਾ ਭਾਈ ਸੱਤੇ ਆਜਾ। ਆ 6 ਦਿਨ ਹੋ ਗਏ ਜੀ ਸਾਨੂੰ ਖੜੇ ਨੂੰ। ਅਸੀਂ ਇੱਥੇ ਮੰਗਲ 'ਤੇ ਹੀ ਆਏ ਸੀ ਜੀ ਮਾਲ ਲੈ ਕੇ। ਆ ਸਾਡਾ ਟਰੱਕ ਖੜਿਆ ਜੀ ਅਤੇ ਨਾ ਖਾਲੀ ਕਰ ਰਹੇ ਹਾਂ। ਅੱਧਾ ਮਾਲ ਖਾਲੀ ਕਰ ਲਿਆ ਜੀ ਇਹਨਾਂ ਨੇ ਅਤੇ ਅੱਧਾ ਮਾਲ ਵਿੱਚ ਛੱਡਿਆ ਵਾ। ਕਾਰਨ ਕੀ ਹੈ ਇਹਦੇ ਨੂੰ? ਆਜਾ ਭਾਈ, ਆਹ ਗੱਡੀ ਦਾ ਨੰਬਰ ਆ ਸਰ ਆਪਣੀ ਦਾ, ਆਹ ਨੰਬਰ ਹੈ ਜੀ। ਆਹ ਮੁੰਡਾ ਬੈਠਿਆ। ਹਾਂ ਭਾਈ ਦੱਸ, ਕਿੰਨੀ ਤਰੀਕ ਨੂੰ ਆਇਆ ਤਾਂ ਉਰੇ? ਭਾਈ ਜੀ 6 ਦਿਨ ਹੋ ਗਏ ਸਾਨੂੰ ਉਰੇ ਬੈਠੇ ਨੂੰ। ਸਾਡਾ ਕੁਛ ਨਹੀਂ ਕਰ ਰਹੇ ਜੀ, ਆਹ ਨਾ ਖਾਣਾ ਬਣਾਉਣ ਦੇ ਰਹੇ ਨਾ ਕੁਛ ਕਰ ਰਹੇ ਜੀ, ਭੁੱਖੇ ਬੈਠੇ ਹਾਂ ਜੀ ਬਾਹਰ। ਹੈਂਡੀਕੈਪਟ ਆ ਜੀ ਇਹ ਬੰਦਾ। ਮੈਂ ਲੈਟਰਿੰਗ ਬਾਥਰੂਮ 'ਤੇ ਵੀ ਤੰਗ ਹੋਇਆ ਵਾਂ ਜੀ ਉਰੇ। ਨਾ ਉਰੇ ਕੋਈ ਕੰਟੀਨ ਹੈ ਜੀ, ਨਾ ਕੁਛ ਹੈ। ਅਤੇ ਬੈਗ ਆ ਜਾ ਬਾਈ ਸੱਤੇ, ਦਿਖਾ ਦੇ ਇਹਨਾਂ ਨੂੰ ਬੈਗ ਕਿਹੜਾ। ਆਹ ਗੱਡੀ ਆ, ਇੱਕ ਬੈਗ ਆ ਇਹਨਾਂ ਦਾ। ਆ ਬੈਗ ਆ ਸਰ ਜਿਹੜਾ, ਇਹਨੂੰ ਮਾੜਾ ਜਿਹਾ ਇੱਕ ਸਲਾਬ ਦੀ ਚੜ੍ਹੀ ਵੀ ਹੈ ਜੀ। ਆਹ ਇੱਕ ਬੈਗ ਆ, ਇਹਦੇ ਪਿੱਛੇ ਇਹਨਾਂ ਨੇ ਗੱਡੀ ਰੋਕੀ ਵੀ ਆ, ਕਹਿੰਦੇ ਸਰਵੇ ਆਊਗਾ, ਸਰਵੇ ਆਊਗਾ ਜੀ। ਬਾਕੀ ਆਹ ਗੱਡੀ ਖੜੀ ਹੈ ਸਰ। ਅੱਧਾ ਮਾਲ ਇਹਦਾ ਖਾਲੀ ਕਰ ਲਿਆ ਜੀ, ਅੱਧਾ ਇਹਦੇ ਵਿੱਚ ਪਿਆ ਜੀ। ਮੈਂ ਤੁਹਾਨੂੰ ਤਰਪਾਲ ਵੀ ਚੱਕ ਕੇ ਦਿਖਾ ਦਿੰਦਾ, ਬਿਲਕੁਲ ਸੁੱਕਾ ਮਾਲ ਪਿਆ ਜੀ ਸਾਡਾ। ਆਹ ਦੇਖ ਲਓ ਸਰ, ਸਾਰਾ ਮਾਲ ਵਿੱਚ ਸੁੱਕਾ ਪਿਆ ਜੀ। ਇਹ 7 ਦੀ ਲਾਈਨ ਇੱਧਰ ਆ, 7 ਦੀ ਇੱਧਰ ਆ ਜੀ। ਇੱਕ ਬੋਰਾ ਤਾਰਿਆ ਵਾ ਪਿੱਛੇ ਤੇ ਇਹਨਾਂ ਨੇ, ਉੱਪਰ ਤੇ 14 ਬੋਰੇ ਇਹਨਾਂ ਨੇ ਤਾਰ ਲਏ ਸਰ। ਰੋਜ਼ ਕਹਿੰਦੇ ਨੇ ਜੀ ਸਰਵੇ, ਅੱਜ ਆ ਰਿਹਾ, ਅੱਜ ਆ ਰਿਹਾ ਜੀ। ਕੋਈ ਸਰਵੇ ਨਹੀਂ ਆ ਰਿਹਾ, ਕੋਈ ਕੁਛ ਨਹੀਂ ਆ ਰਿਹਾ ਜੀ। ਉਰੇ ਅਸੀਂ ਪਰੇਸ਼ਾਨ ਹੋਏ ਹੋਏ ਜੀ, ਉਰੇ ਨਾ ਰੋਟੀ ਬਣਾਉਣ ਦਿੰਦੇ, ਨਾ ਕੁਛ ਕਰਨ ਦਿੰਦੇ ਜੀ। ਸਰ ਸਾਡੀ ਹੈਲਪ ਕੀਤੀ ਜਾਵੇ ਜੀ। ਸਰ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ। ਮੈਂ ਗੱਡੀ ਲੈ ਕੇ ਆਇਆ ਸੀ ਇੱਥੇ ਮੰਗਲ 'ਤੇ ਜੀ। 27 ਤਰੀਕ ਨੂੰ ਸਾਡਾ ਉੱਥੇ ਤੋਂ ਲੋਡ ਕੀਤੀ ਸੀ ਜੀ, ਅਤੇ 31 ਤਰੀਕ ਨੂੰ ਰਾਤ ਨੂੰ ਪਹੁੰਚ ਗਏ ਸੀ ਜੀ, ਅਤੇ 1 ਤਰੀਕ ਨੂੰ ਉਰੇ 5:40 'ਤੇ ਐਂਟਰੀ ਕਰਾਤੀ ਸੀ ਸਰ। ਇਹਨਾਂ ਦੀ ਸਲਿੱਪ ਸਾਡੇ ਕੋਲ ਪਈ ਹੈ, ਜਿਹੜੀ ਆਪਣੀ ਗੇਟ ਦੀ ਐਂਟਰ ਹੁੰਦੀ ਹੈ ਸਰ, ਮੈਂ ਉਹ ਵੀ ਤੁਹਾਨੂੰ ਦਿਖਾ ਦਿੰਦਾ ਜੀ। ਆ ਕੱਢੀ ਪਾਈ ਸਤਿ ਸ਼੍ਰੀ ਅਕਾਲ ਸਰ, ਮੈਂ ਤੇਜਿੰਦਰ ਸਿੰਘ ਬੋਲਦਾ ਜੀ। ਮੈਂ ਆਪਣਾ ਪੰਜਾਬ ਦੀ ਆਪਣੀ ਗੱਡੀ ਹੈ ਜੀ ਮੋਹਾਲੀ ਦੀ। ਇਹ ਆਪਣਾ ਗੱਡੀ ਨੰਬਰ PV 65 AE 0202 ਜੀ। ਅਤੇ ਸਰ ਮੈਂ ਗੱਡੀ ਲੋਡ ਕਰਕੇ ਚੱਲਿਆ ਸੀ ਕੋਈ 26-27 ਤਰੀਕ ਨੂੰ, 26-27 ਨੂੰ, ਪਤਾ ਨਹੀਂ 28 ਤਰੀਕ ਨੂੰ ਪ੍ਰੋਪਰ, ਹਾਂਜੀ 19 ਤਰੀਕ ਹੋਣੀ ਆ। ਅਤੇ ਸਰ ਮੈਂ 3rd-4th ਦਿਨ ਇੱਥੇ ਪਹੁੰਚ ਗਿਆ ਮੰਗਲ 'ਤੇ ਜੀ, ਘੁਆਟੀ ਦੇ ਕੋਲ ਜੀ। ਠੀਕ ਹੈ ਨਾ ਸਰ, ਰਸਤੇ ਵਿੱਚ ਬਰਸਾਤ ਇੰਨੀ ਤੇਜ਼ ਸੀ ਜੀ, ਰੇਨ ਇੰਨੀ ਸੀ, ਉਹ ਕਿਤੇ ਮਾੜਾ ਮੋਟਾ ਵਿੱਚ ਤੇ ਤੁਪਕਾ ਚੋਕੇ ਵਿੱਚ ਤਰਪਾਲ ਦੇ ਨੂੰ ਅਤੇ ਮਟੀਰੀਅਲ ਦੇ ਉੱਪਰ ਪੈ ਗਿਆ ਜੀ। ਠੀਕ ਹੈ ਜੀ, ਅਤੇ ਜਿਹੜਾ ਮਾਲ ਹੈ ਇਹ ਹੈਗਾ ਇੰਸ਼ੋਰੈਂਸ ਵਾਲਾ ਜੀ। ਠੀਕ ਹੈ ਜੀ, ਅਤੇ ਹੁਣ ਇਹਨਾਂ ਨੇ ਮੰਗਲ 23 ਦੇ ਵਿੱਚ ਮੈਂ ਖੜਿਆ ਇਸ ਟਾਈਮ, 5 ਦਿਨ ਹੋ ਗਏ ਜੀ। ਅਤੇ ਇਹ ਕਹੀ ਜਾਂਦੇ ਜੀ ਅੱਜ ਆਏਗਾ ਸਰਵੇ, ਅੱਜ ਆਏਗਾ, ਨਾ ਗੱਡੀ ਖਾਲੀ ਕਰ ਰਹੇ ਜੀ, ਨਾ ਇਹਨਾਂ ਦਾ ਸਰਵੇ ਆ ਰਿਹਾ ਜੀ। ਔਰ ਇਹਨਾਂ ਨੇ ਪਰੇਸ਼ਾਨ ਕਰਿਆ ਵਾ। ਆਹ ਗੇਟ ਦੀ ਐਂਟਰੀ ਚੈੱਕ ਕਰਾ ਦਿੰਦਾ ਜੀ ਤੁਹਾਨੂੰ, 1/8/2022 ਦੀ ਹੈ ਜੀ। ਆਹ ਦੇਖੋ ਸਰ, ਆਹ ਦੇਖ ਲਓ ਐਂਟਰੀ ਇਹਦੇ ਗੇਟ ਦੀ। ਅਤੇ ਸਾਰਾ ਮਟੀਰੀਅਲ ਵੀ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾ ਦਿੰਦਾ, ਮਟੀਰੀਅਲ ਦਿਖਾ ਦਿੰਦਾ। ਪਿੱਛੇ ਸਾਰਾ ਸੁੱਕਾ ਪਿਆ, ਅੱਧੀ ਗੱਡੀ ਖਾਲੀ ਕਰ ਲਈ ਇਹਨਾਂ ਨੇ, ਅੱਧੀ ਕਰੀ ਨਹੀਂ ਹੈ ਜੀ, ਰੋਕੀ ਵੀ ਹੈ, ਸਿਰਫ ਇੱਕ ਬੈਗ ਪਿੱਛੇ ਜੀ। ਠੀਕ ਹੈ ਜੀ, ਨਾ ਇਹਨਾਂ ਦਾ ਕੋਈ ਹੁਣ ਰਿਸਪੋਂਸ ਆ ਰਿਹਾ। ਇਹਨਾਂ ਨੇ ਬਹੁਤ ਪਰੇਸ਼ਾਨ ਕਰਿਆ ਵਾ ਜੀ, ਨਾ ਇੱਥੇ ਖਾਣਾ ਬਣਾਉਣ ਦਿੰਦੇ ਆ, ਬਹੁਤ ਪਰੇਸ਼ਾਨ ਕਰ ਲਿਆ ਜੀ। 5 ਦਿਨ ਹੋ ਗਏ ਸਰ ਇਹਨਾਂ ਨੂੰ ਦੇਖਦੇ ਨੂੰ, ਅੱਜ 5 ਤਰੀਕ ਹੋ ਗਈ ਜੀ ਉਰੇ ਬੈਠਿਆਂ ਨੂੰ। ਸਰ ਪਲੀਜ਼ ਹੈਲਪ ਕਰੋ ਸਾਡੀ। ਇਹ ਕੰਪਨੀ ਦਾ ਨਾਮ ਹੈਗਾ ਜੀ SRD ਜੀ, ਮੰਗਲ 23 ਦੇ ਵਿੱਚ ਜੀ। ਅਤੇ ਪਿੱਛੇ ਆਪਣਾ ਜਿਨ੍ਹਾਂ ਨੇ ਅੰਬਾਲੇ ਤੋਂ ਲੋਡ ਕਰਵਾਈ ਸੀ ਜੀ ਮੋੜਾ ਮੋੜੀ ਤੋਂ, ਅਤੇ ਉਹਨਾਂ ਦਾ ਮੈਂ ਵੀ ਤੁਹਾਨੂੰ ਭੇਜ ਦਿੰਦਾ ਜੀ, ਬਿਲਟੀ ਬੁਲਟੀ ਜੋ ਵੀ ਹੈਗਾ ਸਰ।
ਭਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ 7 ਦਿਨ ਹੋ ਗਏ ਔਰ ਖੜਿਆਂ ਨੂੰ ਮੰਗਲ 'ਤੇ ਹੀ ਖੜਿਆਂ ਔਰ ਠੀਕ ਹੈ ਨਾ ਗੱਡੀ ਖਾਲੀ ਕਰਾ ਰਹੇ ਇੱਕ ਬੈਗ ਨੂੰ ਪਾਣੀ ਲੱਗ ਗਿਆ ਤਾ ਆਹ ਗੱਡੀ ਨੰਬਰ ਆ ਉਹ ਬੈਗ ਨੂੰ ਮਾੜਾ ਜਿਹਾ ਲੱਗਿਆ ਰੋਜ਼ ਕਹੀ ਜਾਂਦਾ ਸਰਵੇ ਆ ਰਿਹਾ ਸਰਵੇ ਆ ਰਿਹਾ ਇਹਨਾਂ ਦਾ ਕੋਈ ਸਰਵੇ ਨਹੀਂ ਆ ਰਿਹਾ ਹੈਗਾ ਠੀਕ ਹੈ ਉੱਪਰ 'ਤੇ ਧਮਕੀਆਂ ਦੇ ਰਹੇ ਇਹ ਕਰ ਦੇਂਗੇ ਵੋ ਕਰ ਦੇਂਗੇ ਠੀਕ ਹੈ ਨਾ ਜੀ ਆਹ ਮੈਨੇਜਰ ਸਾਹਿਬ ਖੜਿਆ ਇਹਨਾਂ ਦਾ ਹਾਂ ਇਹ ਮੈਨੇਜਰ ਹੈ ਇਸਕਾ ਧਮਕੀਆਂ ਦੇ ਰਹੇ ਇਹ ਕਰ ਦੇਂਗੇ ਵੋ ਕਰ ਦੇਂਗੇ ਸਤਿ ਸ਼੍ਰੀ ਅਕਾਲ ਸਰ ਜੀ ਸਰ ਇਹ ਪੰਜਾਬ ਨੰਬਰ ਗੱਡੀ ਹੈ ਜੀ ਆਪਣੀ ਸਰ ਮੈਂ ਮੰਗਲ 'ਤੇ ਹੀ ਖੜਿਆ ਔਰ ਇਹ ਪਿੱਛੇ 5 ਦਿਨਾਂ ਤੋਂ ਖੜਿਆ ਜੀ ਇਹ ਗੁਹਾਟੀ ਦੇ ਕੋਲ ਪੈਂਦੀ ਹੈ ਮੰਗਲ 'ਤੇ ਹੀ ਸਰ ਮੈਂ 27 ਤਰੀਕ ਨੂੰ ਮਾਲ ਲੋਡ ਕਰਿਆ ਸੀ ਉੱਥੇ 28 ਤਰੀਕ ਨੂੰ ਚੱਲੇ ਸੀ ਜੀ ਅਤੇ ਰਸਤੇ ਵਿੱਚ ਚੱਲ ਕੇ ਜਾਣੀ ਕਿ 1 ਤਰੀਕ ਨੂੰ ਸਰ ਇੱਥੇ ਪਹੁੰਚ ਗਿਆ ਸੀ ਮੰਗਲ 'ਤੇ ਹੀ 1 ਤਰੀਕ ਦੀ ਸਰ ਐਂਟਰੀ ਹੋਈ ਹੋਈ ਹੈ ਅਤੇ ਰਸਤੇ 'ਚ ਰੇਨ ਇੰਨੀ ਪੈ ਰਹੀ ਸੀ ਜੀ ਬਹੁਤ ਜ਼ਿਆਦਾ ਰੇਨ ਪੈ ਰਹੀ ਸੀ ਕੋਈ ਕਿਤੇ ਮਾੜਾ ਮੋਟਾ ਤੁਪਕਾ ਲੱਗ ਕੇ ਜੀ ਕੋਈ ਬੈਗ ਨੂੰ ਲੱਗ ਗਿਆ ਜੀ ਆਹ ਬੈਗ ਹੁੰਦੇ ਸਰ ਬੜੇ ਬੜੇ ਇਹ ਬਿਲਕੁਲ ਸੁੱਕੇ ਪਏ ਹੈ ਜੀ ਮੈਂ ਤੁਹਾਨੂੰ ਉੱਪਰ ਚੜ੍ਹ ਕੇ ਵੀ ਦਿਖਾ ਦਿੰਦਾ ਆਹ ਦੇਖ ਲਓ ਸਰ ਬਿਲਕੁਲ ਸੀਲਡ ਲੱਗੇ ਪਏ ਬੈਗ ਇਹ ਡਬਲ ਸਰ ਬੈਗ ਹੁੰਦੇ ਜੀ ਇੱਕ ਬੈਗ ਦੇ ਉੱਪਰ ਇੱਕ ਬੈਗ ਹੁੰਦਾ ਜੀ ਠੀਕ ਹੈ ਨਾ ਸਰ ਸਰ ਉੱਪਰ ਗੱਡੀ ਦੇ 4 ਤਰਪਾਲਾਂ ਪਾਈਆਂ ਵੀ ਸੀ ਇਹਨਾਂ ਦੇ ਸਾਈਡ 'ਤੇ ਕੰਪਨੀ ਸਾਡੇ ਕੋਲ ਤੋਂ ਪੈਸੇ ਲੈ ਕੇ ਆ ਪੋਲੀਥੀਨ ਵੀ ਪਾਉਂਦੀ ਹੈ ਅਤੇ ਜਿਹੜਾ ਬੈਗ ਹੈ ਜੀ ਇਹਦੇ ਵਿੱਚ ਇੱਕ ਬਹੁਤ ਮੋਟਾ ਕਾਗਜ਼ ਪਾਇਆ ਵਾ ਹੁੰਦਾ ਜੀ ਪਲਾਸਟਿਕ ਦਾ ਉਹਦੇ ਵਿੱਚ ਮਟੀਰੀਅਲ ਹੁੰਦਾ ਜੀ ਉਹ ਫਸਟ ਪੈਕਿੰਗ ਹੁੰਦੀ ਹੈ ਜੀ ਅਤੇ ਪਤਾ ਨਹੀਂ ਰੱਬ ਜਾਣੇ ਕਿਕਣ ਸਲਾਬ ਲੱਗ ਗਈ ਜੀ ਕਿਆ ਹੋ ਗਿਆ ਇੱਕ ਬੈਗ ਨੂੰ ਲੱਗ ਗਿਆ ਉਹਦੇ ਕਰਕੇ ਆ ਗੱਡੀ ਰੋਕੀ ਵੀ ਹੈ ਜੀ ਅੱਜ 5 ਦਿਨ ਹੋ ਗਏ ਮੇਰਾ ਬਿਲਕੁਲ ਮਾਲ ਆ ਐਨ ਓਕੇ ਪਿਆ ਜੀ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ ਇਹਦੇ 'ਚ ਅਤੇ ਕਹਿੰਦੇ ਸਾਡਾ ਉੱਥੇ ਇੰਸ਼ੋਰੈਂਸ ਦਾ ਬੰਦਾ ਆਊਗਾ ਜੀ ਕਲੇਮ ਵਾਲਾ ਪਿੱਛੇ ਤੋਂ 5 ਦਿਨਾਂ 'ਚ ਨਹੀਂ ਆ ਰਿਹਾ ਜੀ ਇਹਨਾਂ ਨੇ ਬਹੁਤ ਪਰੇਸ਼ਾਨ ਕਰਿਆ ਵਾ ਜੀ ਨਾ ਗੱਡੀ ਖਾਲੀ ਕਰ ਰਹੇ ਹੈ ਅਤੇ ਮੈਂ ਤੁਹਾਨੂੰ ਬੈਗ ਵੀ ਦਿਖਾ ਦਿੰਦਾ ਸਰ ਜਿਹੜਾ ਇਹਨਾਂ ਦਾ ਇੱਕ ਲੀਕ ਹੋਇਆ ਵਾ ਬੈਗ ਜੀ ਇੱਕ ਬੈਗ ਕੱਢ ਕੇ ਇਹਨਾਂ ਨੇ ਆਹ ਰੱਖਿਆ ਵਾ ਜੀ ਇੱਕ ਹੋਰ ਰੱਖਿਆ ਵਾ ਬੈਗ ਜਿਹੜਾ ਬੈਗ ਹੈ ਜੀ ਇੱਕ ਆ ਹੈ ਮਾੜਾ ਜਿਹਾ ਬਸ ਆਹ ਬੈਗ ਉਹਦੇ 'ਤੇ ਲੀਕ ਕਰਿਆ ਸਰ ਬਾਕੀ ਆਹ ਬੈਗ ਬਿਲਕੁਲ ਓਕੇ ਹੈ ਜੀ ਕੋਈ ਲੀਕ ਨਹੀਂ ਕਰਿਆ ਹੈਗਾ ਇਹ ਸਾਰਾ ਓਕੇ ਪਿਆ ਜੀ ਇਹ ਵੀ ਇਹਨਾਂ ਨੇ ਕੱਢ ਕੇ ਰੱਖਿਆ ਵਾ ਅਤੇ ਮੇਨ ਕਾਰਨ ਹੈ ਜੀ ਦੇਖੋ ਗੱਡੀ ਦੇ 4 ਤਰਪਾਲਾਂ ਮਾਰੀਆਂ ਵੀ ਸੀ ਸੀਲਾਂ ਲੱਗੀਆਂ ਵੀ ਸੀ ਚਾਰੇ ਪਾਸੇ ਜੀ ਜੇ ਤਾਂ ਸੀਲ ਨਾ ਲੱਗੀ ਵੀ ਹੁੰਦੀ ਫਿਰ ਅਸੀਂ ਦੇਖ ਲੈਂਦੇ ਜੀ ਕਿ ਰਸਤੇ 'ਚ ਬੰਦਾ ਦੇਖ ਲੈਂਦਾ ਹੁਣ ਇਹਦੇ ਵਿੱਚ ਸਾਡੀ ਕੀ ਗਲਤੀ ਹੈ ਜੀ ਚਲੋ ਸਾਡੀਆਂ ਤਰਪਾਲਾਂ ਤਾਂ ਦੇਖੋ ਰੋਜ਼ ਗੱਡੀਆਂ 'ਤੇ ਪੈਂਦੀਆਂ ਆਪਾਂ ਮੰਨ ਵੀ ਜਾਂਦੇ ਹਾਂ ਕਿ ਦੀ ਚਲੋ ਟੋਕ ਵੀ ਲੱਗੀ ਹੋਣੀ ਹੈ ਜੀ ਇਹਨਾਂ ਦਾ ਤਾਂ ਜਿਹੜਾ ਵਿੱਚ ਆਪਣਾ ਬੈਗ ਦੇ ਵਿੱਚ ਪੋਲੀਥੀਨ ਆਉਂਦਾ ਉਹ ਤਾਂ ਨਿਊ ਹੁੰਦਾ ਜੀ ਉਹਦੇ ਵਿੱਚ ਤਾਂ ਪਾਣੀ ਲੱਗਣ ਦਾ ਮਤਲਬ ਨਹੀਂ ਬਣਦਾ ਹੈਗਾ ਠੀਕ ਹੈ ਜੀ ਅਤੇ ਸਭ ਤੋਂ ਬੜੀ ਗੱਲ ਹੈ ਜੀ ਦੇਖੋ ਉਹ ਨਾ ਸਾਨੂੰ ਬਾਹਰ ਜਾਣ ਦਿੰਦੇ ਆ ਗੇਟ ਦੇ ਅੰਦਰ ਰੱਖਿਆ ਵਾ ਮੇਰੇ ਨਾਲ ਮੁੰਡਾ ਜਿਹੜਾ ਹੈਗਾ ਜੀ ਇਹ ਹੈਂਡੀਕੈਪਟ ਹੈ ਜੀ ਅਤੇ ਸਾਡੀ ਸਰ ਪਲੀਜ਼ ਹੈਲਪ ਕੀਤੀ ਜਾਵੇ ਬਹੁਤ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਜੀ ਭਾਈ ਆਹ ਵਾ ਖੜੀ ਆ ਗੱਡੀ ਦੇਖ ਲਾ ਆਹ ਬੈਗ 'ਚ ਪ੍ਰੋਬਲਮ ਆਈ ਵੀ ਇੱਕ ਬੈਗ 'ਚ ਠੀਕ ਹੈ ਨਾ ਆਹ ਬੈਗ ਆ ਚੱਲ ਇਹਦੇ 'ਚ ਪ੍ਰੋਬਲਮ ਆਈ ਵੀ ਆ ਆਹ ਮਾੜਾ ਮਾੜਾ ਸਲਾਬ ਜੀ ਜਿਹੜੀ ਹੈਗੀ ਆ ਠੀਕ ਹੈ ਨਾ ਉਹ ਬੈਗ ਬਿਲਕੁਲ ਸੁੱਕਾ ਪਿਆ ਆਹ ਗੱਡੀ ਖੜਾਈ ਵੀ ਇਹਨੇ ਦੇਖ ਲਓ ਹੁਣ ਕਿੰਨਾ ਕਿਹੜਾ ਮਾਲ ਗਿੱਲਾ ਪਿਆ ਇਹਦੇ 'ਚ ਬਾਕੀ ਜਿਹੜਾ ਉੱਪਰਲਾ ਮਾਲ ਤਾਂ ਉਹ ਸਾਰਾ ਚੱਕ ਲਿਆ ਆਹ ਦੇਖੋ ਸਾਰਾ ਸੁੱਕਾ ਮਾਲ ਪਿਆ ਕੋਈ ਦਿਖਦਾ ਸਾਨੂੰ ਗਿੱਲਾ ਮਾਲ ਦਿਖਦਾ ਕਿਸੇ ਪਾਸੇ ਲੈ 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 ਦਿਖਦਾ ਕੋਈ ਗਿੱਲਾ ਮਾਲ ਆਹ ਦੇਖ ਲਓ ਬੋਰੇ 1, 2, 3, 4, 5, 6, 7 ਇੱਕ ਬੋਰਾ ਤਾਰਿਆ ਵਾ ਇਹਨਾਂ ਨੇ ਇਹ ਦੋਵੇਂ ਪਾਸੇ 7-7 ਬੋਰੇ 'ਤੇ ਜੀ 14 ਬੋਰੇ 'ਤੇ ਇਹ ਇੱਕ ਤਾਰਿਆ ਵਾ ਇਹਨਾਂ ਨੇ ਆਹ ਬੈਗ ਆ ਬਈ ਆਪਣੇ ਕਾਹ ਬੈਗ ਇੱਕ ਉਹ ਬੈਗ ਆ ਆਹ ਲੀਲੀ ਜੀ ਗੱਡੀ ਹੋਈ ਨਾ ਸਾਲੇ ਨੇ ਮੇਰੇ 'ਤੇ ਦੋਸਤੋ ਮੈਂ ਜਾਣਤਾ ਹੂੰ ਕਿ ਟ੍ਰਾਂਸਪੋਰਟ ਕੇ ਕਾਰੋਬਾਰ ਮੇਂ ਢੇਰੋਂ ਚਿੰਤਾਏ ਹੈ
लेकिन अब कम से कम अपनी गाड़ी के बीमे की चिंता छोड़ दें। प्रीमियम आपको सबसे कम मिलेगा, पॉलिसी में किसी तरह की कोई कमी नहीं होगी और क्लेम हॉटलाइन की सुविधा 24 घंटे मिलेगी। बस गाड़ी की आरसी और पुरानी बीमा कॉपी ट्रांसपोर्ट मॉल ऐप में डालें या 90831 90831 पर व्हाट्सएप कर दें। तो गाड़ी का बीमा सिर्फ और सिर्फ ट्रांसपोर्ट मॉल से।